ਬਾਲੀਵੁੱਡ ਅਤੇ ਪੋਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ, ਜਿਨ੍ਹਾਂ ਨੂੰ ਛੋਟਾ ਪੈਕਟ ਬੜਾ ਧਮਾਕਾ ਕਿਹਾ ਜਾਂਦਾ ਹੈ, ਉਹਨਾਂ ਨੇ ਆਪਣੇ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਸਾਲ 2006 ਦੇ ਵਿੱਚ ਇੰਡੀਅਨ ਆਈਡਲ ਤੋਂ ਕੀਤੀ ਸੀ, ਜਿਸ ਤੋਂ ਬਾਅਦ ਨੇਹਾ ਕੱਕੜ ਨੇ ਮੁੜ ਕੇ ਨਹੀਂ ਦੇਖਿਆ ਅਤੇ ਉਹਨਾਂ ਨੇ ਪੋਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਦੇ ਵਿੱਚ ਕਈ ਸੁਪਰਹਿਟ ਗਾਣੇ ਵੀ ਦਿੱਤੇ ਨੇ। ਨੇਹਾ ਕੱਕੜ, ਜਿਨ੍ਹਾਂ ਨੇ ਸਿੰਗਿੰਗ ਦੇ ਨਾਲ ਨਾਲ ਸਾਰੇ ਗਾਮਾ ਪਾ, ਲਿਟਲ ਚੈਂਪਸ ਅਤੇ ਦੀ ਵੋਇਸ ਇੰਡੀਆ ਕਿਡਸ ਨੂੰ ਜੱਜ ਕੀਤਾ ਹੈ, ਉੱਥੇ ਇੱਕ ਵਾਰੀ ਫਿਰ ਨੇਹਾ ਕੱਕੜ ਇੱਕ ਹੋਰ ਰਿਐਲਿਟੀ ਟੀਵੀ ਸ਼ੋਅ ਨੂੰ ਜੱਜ ਕਰਨ ਜਾ ਰਹੇ ਨੇ ਅਤੇ ਉਹ ਰਿਐਲਿਟੀ ਟੀਵੀ ਸ਼ੋਅ ਕੋਈ ਹੋਰ ਨਹੀਂ ਹੈ, ਉਹ ਹੈ ਇੰਡੀਅਨ ਆਈਡਲ ਦਾ। ਤੇ ਜਦੋਂ ਰੀਸੈਂਟਲੀ ਨੇਹਾ ਕੱਕੜ ਤੋਂ ਪੁੱਛਿਆ ਗਿਆ ਕਿ ਉਹ ਜੱਜਿੰਗ ਅਤੇ ਸਿੰਗਿੰਗ ਦੇ ਨਾਲ ਨਾਲ ਐਕਟਿੰਗ ਨੂੰ ਵੀ ਅਪਣਾਉਣਾ ਚਾਹੁੰਗੇ ਤੇ ਨੇਹਾ ਕੱਕੜ ਨੇ ਜਵਾਬ ਦਿੰਦੇ ਹੋਏ ਕਿਹਾ ਕਿਉਂ ਨਹੀਂ, ਪਰ ਉਹਨਾਂ ਦੀ ਇੱਕ ਕੰਡੀਸ਼ਨ ਹੈ। ਵੈਲ ਜੀ, ਇਹ ਕੰਡੀਸ਼ਨ ਇਸ ਤਰ੍ਹਾਂ ਹੈ ਕਿ ਨੇਹਾ ਕੱਕੜ ਉਦੋਂ ਹੀ ਐਕਟਿੰਗ ਨੂੰ ਅਡੋਪਟ ਕਰਨਗੇ ਜਦੋਂ ਉਹਨਾਂ ਨੂੰ ਕੋਈ ਵਧੀਆ ਜਿਹਾ ਰੋਲ ਮਿਲੇਗਾ। ਨੇਹਾ ਕੱਕੜ, ਜੋ ਕਿ ਇੰਸਟਾਗ੍ਰਾਮ ਤੇ ਵਨ ਆਫ ਦੀ ਮੋਸਟ ਫੋਲੋਡ ਸੈਲੀਬ੍ਰਿਟੀ ਨੇ, ਉਹਨਾਂ ਨੇ ਹੁਣ ਤੱਕ ਮਨਾਲੀ ਟ੍ਰਾਂਸ, ਸਨੀ ਸਨੀ ਅਤੇ ਕਾਲਾ ਚਸ਼ਮਾ ਵਰਗੇ ਕਈ ਸੁਪਰਹਿਟ ਗਾਣੇ ਦਿੱਤੇ ਨੇ। ਉੱਥੇ ਜਦੋਂ ਇੱਕ ਇੰਟਰਵਿਊ ਦੇ ਦੌਰਾਨ ਨੇਹਾ ਕੱਕੜ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਇਹਨਾਂ ਗਾਣਿਆਂ ਦੀ ਮੋਨੋਟਨੀ ਨੂੰ ਤੋੜਨ ਲਈ ਕੀ ਕਰ ਰਹੇ ਨੇ, ਤਾਂ ਉਹਨਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਬ੍ਰਦਰ ਟੋਨੀ ਕੱਕੜ ਵੱਲੋਂ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਗਾਣਾ ਮਿਲੇ ਹੋ ਤੁਮ ਹਮਕੋ ਆਲਰੇਡੀ ਬਹੁਤ ਹਿੱਟ ਚੱਲ ਰਿਹਾ ਹੈ। ਔਨ ਦਾ ਅਦਰ ਹੈਂਡ, ਨੇਹਾ ਕੱਕੜ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਰੀਸੈਂਟਲੀ ਰਿਲੀਜ਼ ਹੋਇਆ ਗਾਣਾ ਉਹ ਹਮਸਫ਼ਰ, ਜਿਸ ਦੇ ਵਿੱਚ ਨੇਹਾ ਕੱਕੜ ਆਪਣੇ ਅਲੈਜਡ ਬੁਆਏਫ੍ਰੈਂਡ ਹਿਮਾਂਸ਼ ਕੋਹਲੀ ਦੇ ਨਾਲ ਨਜ਼ਰ ਆਏ ਸੀ, ਉਹ ਵੀ ਲੋਕਾਂ ਨੂੰ ਬਹੁਤ ਹੀ ਪਸੰਦ ਆ ਰਿਹਾ ਹੈ। ਵੈਲ ਜੀ, ਅਸੀਂ ਉਮੀਦ ਕਰਦੇ ਹਾਂ ਕਿ ਨੇਹਾ ਕੱਕੜ ਦੇ ਆਉਣ ਵਾਲੇ ਗਾਣੇ ਵੀ ਇੱਦਾਂ ਹੀ ਸੁਪਰ ਡੁਪਰ ਹਿੱਟ ਰਹਿਣ। ਔਨ ਦੈਟ ਨੋਟ ਫਰੈਂਡਸ, ਹੁਣ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਨੇਹਾ ਕੱਕੜ ਦੀ ਆਪਣੀ ਐਕਟਿੰਗ ਨੂੰ ਲੈ ਕੇ ਇਸ ਸਟੇਟਮੈਂਟ ਬਾਰੇ। ਨਾਲ ਹੀ ਤੁਸੀਂ ਸਾਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿੰਨਾ ਕੁ ਐਕਸਾਈਟਡ ਹੋ ਨੇਹਾ ਕੱਕੜ ਨੂੰ ਵੱਡੇ ਪਰਦੇ ਯਾਨੀ ਕਿ ਸਿਲਵਰ ਸਕਰੀਨ 'ਤੇ ਦੇਖਣ ਦੇ ਲਈ। ਅਤੇ ਅਜਿਹੀ ਇੰਟਰਸਟਿੰਗ ਨਿਊਜ਼ ਦੇ ਲਈ ਸਾਡੇ ਗੱਬਰੂ ਯੂਟਿਊਬ ਚੈਨਲ ਨੂੰ ਤਾਂ ਤੁਸੀਂ ਸਬਸਕ੍ਰਾਈਬ ਕਰੋ ਹੀ, ਅਤੇ ਅਜਿਹੀ ਨਿਊਜ਼ ਦੀ ਨੋਟੀਫਿਕੇਸ਼ਨ ਦੇ ਲਈ ਥੱਲੇ ਦਿੱਤੇ ਗਏ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰਿਓ। gabru.com ਪੰਜਾਬ ਦਾ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।